ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਅਸੀਂ ਪਹੁੰਚ ਗਏ ਗੁਰਦੁਆਰਾ ਪਰਿਵਾਰ ਛੋੜਾ ਸਾਹਿਬ, ਜਿੱਥੇ ਕਿ ਅੱਜ ਸ਼ਹੀਦੀ ਸਮਾਗਮ ਮਨਾਇਆ ਜਾ ਰਿਹਾ ਹੈ। ਅੱਜ ਦੂਸਰਾ ਦਿਨ ਹੈ। ਅਸੀਂ ਮੇਰਾ ਉੱਪਰ ਜਾ ਕੇ ਨਤਮਸਤਕ ਹੁੰਦੇ ਹਾਂ, ਹੱਥ ਪਹਿਲਾਂ ਧੋ ਲਏ ਆਪਾਂ। ਹੁਣ ਅਸੀਂ ਉੱਪਰ ਜਾਂਦੇ ਹਾਂ, ਦੇਖਦੇ ਹਾਂ ਕਿ ਕਿੰਨੀ ਕੁ ਸੰਗਤ ਆਈਆਂ। ਅਬਾਊਟ ਸਵੇਰ ਦਾ ਟਾਈਮ ਹੈ ਜੀ, 9 ਵੱਜਣੇ ਵਾਲੇ ਆ। ਅਸੀਂ ਚੱਲਦੇ ਹਾਂ ਉੱਪਰ, ਦੇਖਦੇ ਹਾਂ ਕਿ ਕਿੰਨੀ ਕੁ ਸੰਗਤ ਆਈ ਹੋਈ ਆ। ਬੜਾ ਹੀ ਵਧੀਆ ਨਜ਼ਾਰਾ ਦੇਖਣ ਨੂੰ ਹੁੰਦਾ ਉਰੇ। ਇਹ ਗੁਰਦੁਆਰਾ ਇੱਕ ਪਹਾੜੀ ਤੇ ਸਥਿਤ ਹੈ। ਇੱਧਰ ਵੀ ਆਸੇ ਪਾਸੇ ਪਹਾੜੀਆਂ ਨੇ, ਬਹੁਤ ਬੁੱਢੇ ਬੁੱਢੇ ਨੇ ਸਜਾਇਆ ਹੋਇਆ ਗੁਰਦੁਆਰਾ ਸਾਹਿਬ। ਅੱਜ ਦਰਬਾਰ ਚਾਹ ਚੱਲ ਰਹੀ ਹੈ। ਲੱਗੇ ਹੋਏ ਚਾਹ ਦਾ ਲੰਗਰ। ਬਿੰਦਾ ਵੀ ਰੋਣਾ ਲੰਗਰ ਛੱਡ ਕੇ, ਅੱਜ ਚਾਹ ਪੀ ਰਹੇ ਹਾਂ। ਸੇਵਾ ਚੱਲ ਰਹੀ ਵੀਰ ਜੀ, ਉਹਨੇ ਸੇਵਾ ਕਰ ਰਹੇ ਹੈ। ਸੇਵਾ ਚੱਲ ਰਹੀ ਵੀਰ ਜੀ, ਦੁਸ਼ਮਣਾਂ ਨੂੰ ਚਾਹ ਹੀ ਪੀਂਦੇ ਨੇ ਲੋਕ ਇਸ ਟਾਈਮ ਜ਼ਿਆਦਾ। ਸਾਰੇ ਅਪਡੇਟ ਦਿੰਦੇ ਰਹਾਂਗੇ। ਭਾਂਡੇ ਬਣੇ, ਮਸ਼ੀਨ ਰੋਟੀ ਬਣਾਉਣੀ ਵਾਲੀ। ਗੋਭੀ ਰੱਖੀ ਵੀ ਚੀਰ ਗਏ ਇੱਧਰ, ਪਕੌੜਿਆਂ ਵਾਸਤੇ ਜੀ। ਅੰਡੇ ਧੋਏ ਜਾ ਰਹੇ ਨੇ। ਜਸਮੀਤ ਵੀਰਾ ਚੱਲ ਗਿਆ ਆਪਣਾ। ਇੱਧਰ ਲੱਗੇ ਬਈ ਮਟਰ ਹਿੱਲਣ ਲੱਗੇ ਬਈ।
ਅੱਜ ਮੈਂ ਨਹੀਂ ਅੜਕੀ ਉਹ ਵੀ ਬਣ ਗਈ ਸੰਗਤਾਂ ਲੱਗੀਆਂ ਵੀ ਹੋਈਆਂ ਜੀ ਇੱਧਰ ਖੜ ਜਾ ਮਾਰਾ ਜੀ ਸੇਵਾ ਚੱਲ ਰਹੀ ਪੂਰੀ ਇੱਧਰ ਖਿੱਚ ਕੇ ਇੱਧਰ ਰੋਟੀਆਂ ਬਣਾਉਣ ਲੱਗੇ ਹੋਏ ਸੰਗਤਾਂ ਠੰਡ ਲੱਗੀ ਬਾਈ ਨੂੰ ਹੁਣ ਸੇਕ ਲਵਾਂ ਸਬਜ਼ੀਆਂ ਚੱਲ ਰਹੀਆਂ ਬਣ ਰਹੀਆਂ ਇੱਧਰ ਜਿੰਦੇ ਅਬਾਊਟ 12 ਵੱਜ ਚੁੱਕੇ ਆ ਅਤੇ ਸੰਗਤਾਂ ਬਹੁਤ ਹੀ ਵੱਧ ਆ ਰਹੀਆਂ ਨੇ देखो संगत बहुत ही इधर सेवा चल रही है पिछली साइड बने बापू जी आ रहे ने इधर संगत आ रही ने बहुत पिंड हसपुर की सेवा है लंगर च अज ਵੀਰ ਗੁਰਜੀਤ ਬਾਈ ਆਪਣਾ ਤੋਤਾ ਬਾਈ ਵੀ ਪੂਰੀ ਸੇਵਾ ਨਿਭਾ ਰਿਹਾ ਹੈ ਅੱਜ ਨਹੀਂ ਹਟਦਾ ਉੱਧਰ ਰਵਿੰਦਰ ਬਾਈ ਪੂਰੇ ਹਿੱਸੇ ਪਾ ਰਹੇ ਨੇ ਸੇਵਾ ਜਾ ਰਹੇ ਪਿੰਡ ਵਾਲੇ ਹਰਪ੍ਰੀਤ ਸਿੰਘ ਵੀਰ ਆਪਣਾ ਕੋਟਾਂ ਵਾਲਾ ਉਹ ਵੀ ਲੱਗਿਆ ਹੋਇਆ ਜੀ ਵਰਿੰਦਰ ਸਿੰਘ ਬੜੇ ਖੁਸ਼ ਨੇ ਅੱਜ ਸੇਵਾ ਫੁੱਲ ਕਰ ਰਹੇ ਨੇ ਵੀਰ ਆਪਣਾ ਇੱਧਰ ਵੀ ਫੁੱਲ ਸੇਵਾ ਚੱਲ ਰਹੀ ਆ ਆਪਣੇ ਪਿੰਡ ਦੇ ਕਿਵੇਂ ਭਾਂਡੇ ਸਾਫ ਕਰਨ ਅਮਰਿੰਦਰ ਬਾਈ ਭਾਂਡੇ ਧੋਣ ਲੱਗਿਆ ਬਾਈ ਆਪਣਾ ਉੱਧਰ ਹੱਥ ਧੋਣ ਲੱਗਿਆ ਵਾ ਸੇਵਾਦਾਰ ਵੀਰ ਆਪਣਾ ਇਹਨਾਂ ਭਾਈਆਂ ਨੂੰ ਨਾਮ ਨਹੀਂ ਪਤਾ ਲੱਗਦਾ ਕਿਹੜਾ ਜੱਗੀ ਬਾਈ ਕਿਹੜਾ ਜੈਲੀ ਬਾਈ ਆ ਕਿਆ ਕਰਾਂ ਇੱਧਰ ਬੈਠਾ ਲੱਕੀ ਬਾਈ ਆਪਣਾ ਮੁੱਖ ਸੇਵਾਦਾਰ ਲਖਵਿੰਦਰ ਸਿੰਘ ਜੀ ਅਮਨ ਸੰਗਤਾਂ ਸੇਵਾ ਕਰ ਰਹੀਆਂ ਨੇ ਫੁੱਲ ਇੱਧਰ ਲੱਗੇ ਹੋਏ ਸਬਜ਼ੀਆਂ ਜੀ ਸਬਜ਼ੀ ਦੀ ਤਿਆਰੀ ਲੱਗੇ ਹੋਏ ਇੱਧਰ ਪਿਆਜ਼ ਕੱਢਣ ਜੱਗੀ ਬਾਈ ਆਪਣਾ ਚਾਹ ਦੀ ਸੇਵਾ ਕਰ ਰਿਹਾ ਬੱਤਾ ਬਾਈ ਆਪਣਾ ਅੱਜ ਨਹੀਂ ਹਟਦਾ ਅੱਜ ਸੇਵਾ ਕਰਨ ਆਇਆ ਵਾ ਤੇਰਾ ਬਾਪੂ ਆਪਣਾ ਪਹਿਲਾਂ ਬੈਠਾ ਅੱਜ ਨਹੀਂ ਹਟਦਾ ਬਾਈ ਕਲੈਰਿਟੀ ਦੇ ਲਾ ਮਨੀ ਬਾਈ
ਅੱਜ ਅੱਜ ਪੂਰਾ ਖਿੱਚ ਕੰਮ ਖਿੱਚਿਆ ਹੋਇਆ ਬਾਈ ਨੇ ਸਪੈਸ਼ਲ ਆਪਾਂ ਖੀਰ ਖੂਰ ਪਾ ਲਈ ਤਗੜੀ ਭਰ ਲਈ ਕਹਿੰਦਾ ਅੱਜ ਪਾਪ ਸਾਰੇ ਧੁਲ ਗਏ ਮੇਰੇ ਬੱਤਾ ਬਾਈ ਵੀ ਬੈਠਣ ਲੱਗਿਆ ਰੋਟੀ ਖਾਊਂਗਾ ਹੁਣ ਰਵੀਰ ਆਪਣੇ ਖਾ ਰਹੇ ਰੋਟੀ ਬੜਾ ਬਾਈ ਕਹਿੰਦਾ ਬਾਈ ਵੀ ਆਪਣਾ ਰੋਟੀ ਪ੍ਰਸ਼ਾਦਾ ਛਕ ਰਿਹਾ ਏ ਇੱਧਰ ਕੁਛ ਧਾਰਮਿਕ ਗੱਲਾਂ ਕਰ ਰਹੇ ਸਾਡੇ ਵੀਰ ਹਰਵਿੰਦਰ ਬਾਈ ਟਿੰਕੂ ਬਦਮਾਸ਼ ਫੋਨ ਆ ਰਹੇ ਆ ਲੜਾਈ ਉੱਧਰ ਲੜਾਈ ਹੋ ਗਈ ਪਰ ਕਹਿੰਦਾ ਅੱਜ ਸੇਵਾ ਦੇ ਪਿੱਛੇ ਨਹੀਂ ਹੰਡਦਾ ਲੁਕ ਰਿਹਾ ਏ ਕਦੇ ਪੁਲਿਸ ਨਾਲ ਚੱਕ ਲਈ ਵਾ ਡਰਦਾ ਏ ਪੁਲਿਸ ਨਾਲ ਚੱਕ ਲਵਾ ਮੁੰਡੇ ਸਾਡੇ ਨੂੰ ਜੱਸੀ ਬਾਈ ਦਾ ਬੰਦਾ ਵਧੀਆ ਏ ਇਹ ਆਪਣਾ ਬਦਮਾਸ਼ ਬਾਈ ਆਪਣਾ ਉਹ ਕੁੱਟਣ ਨੂੰ ਫਿਰਦਾ ਉਹ ਮਾਰਤਾ ਹੋਏ ਮਾਰਤਾ ਉਹ ਬਚ ਗਿਆ ਹੋਏ ਇਹ ਗੁਰਪ੍ਰੀਤ ਵੀਰ ਆਪਣਾ ਸੇਵਾ ਕਰ ਰਿਹਾ ਜਲਦੀ ਸੇਵਾ ਨਿਭਾ ਰਿਹਾ ਹਰਵਿੰਦਰ ਵੀਰ ਉੱਧਰ ਪ੍ਰਸ਼ਾਦਾ ਉੱਧਰ ਬਾਬਾ ਜੀ ਸਬਜ਼ੀ ਦੇਖਣ ਲੱਗੇ ਵੇ ਆਪਣੇ ਆਪ ਕਹਿੰਦੇ ਆਪ ਹੀ ਮਾਲੂਮ ਹੋਇਆ ਜੀ ਅਸੀਂ ਸਬਜ਼ੀ ਮੰਗ ਰਹੇ ਸਾਡੇ ਬਾਬਾ ਜੀ ਇੱਧਰ ਗੁਰਪ੍ਰੀਤ ਬਾਈ ਗੁਰੀ ਬਾਈ ਗੁਰੀ ਬਾਈ ਪਾਉਣ ਲੱਗਿਆ ਸਬਜ਼ੀ ਕਹਿੰਦਾ ਮੈਂ ਪਾਉਂਦਾ ਮੈਂ ਸੇਵਾ ਕਰੂੰਗਾ ਅੱਜ ਨਹੀਂ ਹਟਦਾ ਮੇਰੀ ਡਰਮੀ ਲੈ ਗਿਆ ਹਰਵਿੰਦਰ ਬਾਈ ਇੱਧਰ ਕਾਕਾ ਵੀਰ ਵੀ ਆਪਣਾ ਕਹਿੰਦਾ ਘਰ ਨੂੰ ਜਾਣਾ ਮੈਂ ਚੱਲਿਆ ਵਾ ਬਸ ਅਜੇ ਬਹੁਤ ਸੇਵਾ ਕਰੀ ਮੁੰਡੇ ਨੇ ਇੱਧਰ ਬਾਈ ਬਰਤਨ ਸਾਫ਼ ਕਰ ਰਿਹਾ ਅਤੇ ਆਪਣਾ ਵੀ ਦੂਸਰਾ ਵੀ ਲੱਗਿਆ ਹੋਇਆ ਬਾਲਟੀਆਂ ਬੂਲਟੀਆਂ ਸਾਰਾ ਕੁਝ ਨਿਬੇੜਨ ਲੱਗੇ ਹੋਏ ਆ ਕੱਲ੍ਹ ਨੂੰ ਸਬਜ਼ੀ ਬਣਾਉਣੀ ਨਹੀਂ ਇਹਦੇ 'ਚ ਇਸ ਕਰਕੇ ਉਹਦਾ ਅੰਦਰ ਦੁੱਧ ਬਣ ਰਿਹਾ ਇੱਧਰ ਕਾਕਾ ਬਾਈ ਖੜ੍ਹਾ ਕਾਕਾ ਬਾਈ ਦੁੱਧੀ ਸੇਵਾ ਚੱਲ ਰਹੀ ਉੱਧਰ ਸੇਵਾ ਵਾਸਤੇ ਦੁੱਧ